ਉੱਤੇ ਵੀਡੀਓ ਪਾਈ ਸੀਗੀ। ਅੱਜ ਫਿਰ ਇਸੀ ਟੋਪਿਕ ਦੇ ਉੱਤੇ ਗੱਲ ਕਰਨ ਲੱਗੇ ਹਾਂ ਅਤੇ ਨਾਲ ਦੀ ਨਾਲ ਉਹਦੇ ਬਾਰੇ ਦੱਸ ਲੱਗੇ ਹਾਂ ਵੀ ਜਿਹੜੇ ਹਾਰਟ ਇਸ਼ੂਜ ਜਦੋਂ PCT ਕਰੀਦੀ ਹੈ, ਜਿਹੜੇ ਹੋਰਮੋਨਸ ਹੁੰਦੇ ਬੈਲੈਂਸ ਇਨਬੈਲੈਂਸ, ਲਿਵਰ ਡੀਟੋਕਸ, ਰੈੱਡ ਸੈਲਸ, ਬਲੱਡ ਪ੍ਰੈਸ਼ਰ, ਇਹ ਚੀਜ਼ਾਂ ਸਾਰੀਆਂ ਕਵਰ ਕਰਾਂਗੇ ਅੱਜ ਦੇ ਐਪੀਸੋਡ ਦੇ ਵਿੱਚ। ਮੇਰੇ ਨਾਲ ਮੇਰਾ ਵੀਰ ਐਸ਼, ਸਤਿ ਸ਼੍ਰੀ ਅਕਾਲ ਜੀ। ਆਪਾਂ ਨੋਬਲ ਪਾਰਕ ਬੋਡੀ ਫਿਊਲ ਸਪਲੀਮੈਂਟ ਸਟੋਰ 'ਤੇ ਆਪਣੇ 'ਤੇ ਬੈਠੇ ਹੋਏ ਹਾਂ। ਸੋ ਲੈਟਸ ਸਟਾਰਟ ਗਾਇਸ, ਜੇ ਵੀਡੀਓ ਚੰਗੀ ਲੱਗੀ, ਮੈਨੂੰ ਵਧੀਆ ਲੱਗਦਾ ਕਿ ਲਾਸਟ ਟਾਈਮ ਜਿਹੜੀ ਆਪਾਂ ਵੀਡੀਓ ਕਰ ਰਹੇ ਹਾਂ, ਗੈਟਿੰਗ ਦ ਗੁੱਡ ਵਿਊਜ਼, ਹੈ ਨਾ। ਪਰ ਮੈਂ ਚਾਹੁੰਦਾ ਹੋਰ ਸ਼ੇਅਰ ਕਰੋ, ਜਿੱਥੇ ਜਿੱਥੇ ਆਪਣੇ ਪੰਜਾਬੀ ਬੈਠੇ ਆ ਵੀਰ, ਉਹਨਾਂ ਨੂੰ ਉਹ ਨੌਲੇਜ ਦੀ ਲੋੜ ਆ। ਐਂਡ ਦੇ ਡੋਂਟ ਗੋ ਐਟ ਥਰੂ ਹਾਰ ਐਨੀ ਟ੍ਰੇਨਰਸ, ਇਟਸ ਫਰੀ ਨੌਲੇਜ। ਸੋ ਪਲੀਜ਼ ਜਿੰਨਾ ਵੀ ਸ਼ੇਅਰ ਹੋ ਸਕਦਾ ਇਹਨੂੰ ਸ਼ੇਅਰ ਕਰਿਆ ਕਰੋ। ਅਤੇ ਅੱਜ ਹੁਣ ਆਪਾਂ ਸਟਾਰਟ ਕਰ ਲਾਂਗੇ। ਪਹਿਲਾਂ ਸਟਾਰਟ ਕਰੀਏ ਆਪਾਂ ਐਸ਼ ਵਿਦੇ ਕਿ ਜਿਹੜੇ ਵੀਰਾਂ ਨੂੰ ਪਤਾ ਨਹੀਂ ਕਿ ਪ੍ਰੋਪਰ PCT ਕਿੱਦਾਂ ਕਰਨੀ, PCT ਤੁਹਾਨੂੰ ਹੁਣ ਫਿਰ ਦੱਸਣਾ। ਲਾਸਟ ਟਾਈਮ ਵੀਡੀਓ ਪਾਈ ਸੀਗੀ, ਇਟ ਵਾਜ਼ ਨੋਟ ਦੈਟ ਬਰੀਫ। ਇਸ ਵੀਡੀਓ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਦੱਸ ਦਿਆਂਗੇ ਜਿਹੜੀ PCT ਆ, ਕਿੰਨਾ ਸਾਈਕਲ ਕਰਨਾ ਚਾਹੀਦਾ, PCT ਜ਼ਰੂਰੀ ਹੁੰਦੀ ਆ, ਜਿਹੜੇ ਮੁੰਡੇ PCT ਨਹੀਂ ਕਰਦੇ ਉਹਦੇ ਨੁਕਸਾਨ ਕੀ ਆ, ਅਤੇ ਜਿਹੜੇ ਕਰਦੇ ਆ ਉਹਦੇ ਫਾਇਦੇ ਕੀ ਆ। ਅਤੇ ਆਪਣੇ ਐਸ਼ ਵੀਰੇ, ਜਿਹੜੀ ਪੋਸਟ ਸਾਈਕਲ ਥੈਰੇਪੀ ਜਿਹਨੂੰ ਕਹਿੰਦੇ PCT, ਹਾਂਜੀ ਹਾਂਜੀ, ਇਹਦੇ ਫਾਇਦੇ ਕੀ ਹੁੰਦੇ, ਹਾਂਜੀ, ਅਤੇ ਕਿੰਨਾ ਸਾਈਕਲ ਕਰਨ ਤੋਂ ਬਾਅਦ ਕਰਨੀ ਜ਼ਰੂਰੀ ਹੁੰਦੀ ਕਿ ਨਹੀਂ ਜ਼ਰੂਰੀ ਹੁੰਦੀ, ਇਹ ਮਾੜਾ ਚਾਨਣਾ ਪਊ ਅੱਜ ਸਾਰਿਆਂ ਨੂੰ। ਠੀਕ ਹੈ ਜੀ। PCT ਜਿਸ ਤਰ੍ਹਾਂ ਜੀ ਨਾਮ ਦੱਸਦਾ, ਪੋਸਟ ਸਾਈਕਲ ਥੈਰੇਪੀ, ਇਹ ਬੰਦਾ ਕੋਈ ਜਦੋਂ ਟੈਸਟੋਸਟਰਨ ਹਾਰਮੋਨ ਚਲਾ ਕੇ ਕੋਈ ਸਾਈਕਲ ਕਰਦਾ ਹੈ ਅਤੇ ਉਦੋਂ ਬਾਅਦ ਕੀਤੀ ਜਾਂਦੀ ਹੈ। ਅਤੇ ਜਿਹੜੀ PCT ਦਾ ਜਿਵੇਂ ਹੁਣ ਕੰਮ ਹੈ ਜੀ, ਇੱਕ ਆਪਣਾ ਬੋਡੀ 'ਚ ਸਿਸਟਮ ਲੱਗਿਆ ਹੋਇਆ, ਉਹਨੂੰ ਕਹਿੰਦੇ HPTA। HPTA ਦਾ ਮਤਲਬ ਹਾਈਪੋਥੈਲਾਮਿਕ ਟੈਸਟੀਕੁਲਰ, ਹਾਈਪੋਥੈਲਾਮਿਕ ਪਿਟੂਏਟਰੀ ਟੈਸਟੀਕੁਲਰ ਐਕਸਿਸ। ਆਹ ਜਿਹੜਾ ਸਿਸਟਮ ਹੈ ਇਹ ਕੰਟਰੋਲ ਕਰਦਾ ਬੋਡੀ ਨੇ ਕਿੰਨਾ ਟੈਸਟੋਸਟੋਨ ਬਣਾਉਣਾ, ਥੋੜ੍ਹਾ ਆਪਣਾ ਟੈਸਟੋਸਟੋਨ ਕਿੰਨਾ ਬਣਾਉਣਾ ਬੋਡੀ ਨੇ ਇਹ ਕੰਟਰੋਲ ਕਰਦਾ। ਨੈਚੁਰਲ ਤੌਰ 'ਤੇ ਜਿਹੜਾ ਟੈਸਟ ਬੋਡੀ ਪ੍ਰੋਡਿਊਸ ਕਰਦੀ ਹੈ, ਇਹ ਉਸ ਦੇ ਬਾਰੇ ਗੱਲ ਕਰ ਰਹੇ। ਹਾਂਜੀ ਹਾਂਜੀ, ਇਹ ਬੋਡੀ ਇਹ ਬੋਡੀ ਨੂੰ ਡਿਕਟੇਟ ਕਰਦਾ ਵੀ ਹਾਂ ਤੁਹਾਨੂੰ ਕਿੰਨਾ, ਹਰ ਇੱਕ ਦੀ ਬੋਡੀ ਦਾ ਅਲੱਗ ਹਿਸਾਬ ਤਾਂ ਹੁੰਦਾ। ਔਰ ਐਵਰੇਜ ਹਿਊਮਨ ਬੀਂਗ ਜਿਹੜਾ ਹੈ 7 mg ਤੋਂ ਲੈ ਕੇ 11 mg ਤੱਕ ਐਵਰੀ ਡੇ ਟੈਸਟੋਸਟੋਨ ਬਣਾਉਂਦਾ ਬਣਦਾ, ਪਰ ਇਹ ਕੰਟਰੋਲ ਕੀਤਾ ਜਾਂਦਾ HPTA ਦੇ ਦੁਆਰਾ, ਜਿਹੜਾ ਕਿ ਆਪਾਂ ਦੱਸ ਕੇ ਹਟੇ ਆ ਹਾਈਪੋਥੈਲਮਿਕ ਪਿਟੂਏਟਰੀ ਟੈਸਟੀਕੁਲਰ ਐਕਸਿਸ ਜਿਹੜਾ ਸਿਸਟਮ ਹੈ ਇਹਦੇ ਨਾਲ। ਤੋ ਇਹ ਜਿਹੜੀ PCT ਜਿਵੇਂ ਚੱਲਦੀ ਹੈ ਜੀ, ਇਹ ਜਿਹੜਾ ਹਾਈਪੋਥੈਲਮਿਕ ਹੈ, ਇਹ GnRH ਜਿਹਨੂੰ ਆਪਾਂ ਕਹਿੰਦੇ ਹਾਂ ਗੈਂਡਾਟ੍ਰੋਪਿਕ ਰਿਲੀਜ਼ਿੰਗ ਹਾਰਮੋਨ, ਉਹ ਰਿਲੀਜ਼ ਕਰਦਾ ਅਤੇ ਉਹ ਜਿਹੜੀ ਆਪਣੀ ਪਿਟੂਏਟਰੀ ਗਲੈਂਡ ਹੈ, ਪਿਟੂਏਟਰੀ ਗਲੈਂਡ ਦੇ ਵਿੱਚ ਦੋ ਆਪਣੇ ਹਾਰਮੋਨ ਹੁੰਦੇ ਆ, LH ਅਤੇ FSH, ਜਿਹੜਾ ਹੁੰਦਾ ਇੱਕ ਲਿਥੋਨਾਈਜ਼ਿੰਗ ਹਾਰਮੋਨ ਅਤੇ FSH ਹੁੰਦਾ ਫੋਲੀਸਾਈਲ ਸਟਿਮੂਲੇਟਿੰਗ ਹਾਰਮੋਨ। ਅਤੇ ਉਹ ਲਿਥੋਨਾਈਜ਼ਿੰਗ ਹਾਰਮੋਨ ਜਿਹੜੇ ਆਪਣੇ ਟੈਸਟੀਕੁਲਰ ਹੈ, ਟੈਸਟੀਕੁਲਰ ਨੂੰ ਜਾ ਕੇ ਮੈਸੇਜ ਸੈਂਡ ਕਰਦੇ ਹੈ ਵੀ ਜਾ ਕੇ ਤੁਸੀਂ ਆਪਣਾ ਟੈਸਟੋਸਟੇਰੋਨ ਦੀ ਪ੍ਰੋਡਕਸ਼ਨ ਵਧਾ ਦਿਓ। ਅਤੇ ਜਿਹੜਾ ਹੁਣ ਜਿਹੜਾ GnRH ਹੈ, ਇਹ ਆਪਾਂ ਤਾਂ ਹੀ ਆਪਾਂ ਜੀ HCG ਲਾਉਂਦੇ ਹਾਂ ਜੀ। ਇਹ HCG ਜਿਹੜੀ ਹੈ ਨਾ ਜੀ, ਇੱਕ ਮਿੰਟ ਐਸ਼ ਬ੍ਰੋ, ਹਾਂਜੀ, ਇਹ HCG ਇੰਜੈਕਸ਼ਨ ਉਹ ਮੈਡੀਸਨ ਦੀ ਗੱਲ ਕਰ ਰਹੇ ਹਾਂ ਜਿਹੜੀ ਕਿ ਐਜ਼ ਅ ਪ੍ਰੈਗਨੈਂਟ ਵੂਮੈਨ ਜਦੋਂ ਬੇਬੀ ਬੋਰਨ ਹੁੰਦਾ, ਉਹਦੇ ਹੋਰਮੋਨਸ ਬਲੱਡ ਥਰੂ ਲੋਸ ਹੁੰਦੇ, ਐਂਡ ਦ ਫੀਮੇਲ ਉਹਦੇ ਬੈਲੈਂਸ ਇਨਬੈਲੈਂਸ ਹੁੰਦੇ ਹੋਰਮੋਨਸ, ਇਹ ਇੰਜੈਕਸ਼ਨ ਉਦੋਂ ਯੂਜ਼ ਕੀਤੇ ਜਾਂਦੇ ਆ। ਜਿਹੜੇ ਕਰਦੇ ਰਹਿੰਦੇ ਨਾ ਸਾਰੇ ਜਣੇ HCG, ਇਹ ਉਹ ਇੰਜੈਕਸ਼ਨ ਹੁੰਦਾ। ਹਾਂਜੀ, ਠੀਕ ਹੈ, ਹਾਂਜੀ, ਐਸ਼ ਬਰੋ ਅੱਗੇ ਕਰੋ ਗੱਡੀ। ਹਾਂਜੀ ਹਾਂਜੀ, HCG ਜਿਹੜੀ ਸਟੈਂਡ ਕਰਦਾ ਜੀ, ਜਿਸ ਤਰ੍ਹਾਂ ਰੋਨੀ ਵੀ ਨੇ ਦੱਸਿਆ, ਬਿਲਕੁਲ ਐਗਜੈਕਟਲੀ ਰਾਈਟ, ਹਿਊਮਨ ਕਰੋਨਿਕ ਗੈਂਡਾਟ੍ਰੋਪਿਨ, ਇਹ ਲਿਥੋਨਾਈਜ਼ਿੰਗ ਹਾਰਮੋਨ ਨੂੰ ਮਿਮਿਕ ਕਰਦਾ, ਉਹਦੀ ਜਿਕਨ ਉਹਨੂੰ ਮੈਸੇਜ ਕਰਦਾ ਵੀ ਹਾਂ ਪ੍ਰੋਡਿਊਸ ਕਰੋ, ਅਤੇ ਉਹ ਲਿਥੋਨਾਈਜ਼ਿੰਗ ਜਿਹੜਾ ਹਾਰਮੋਨ ਹੈ ਉਹ ਟੈਸਟੀਕੁਲਰ, ਜਿਹੜੇ ਬੰਦੇ ਦੇ ਟੈਸਟੀਕੁਲਰ, ਉਹਨਾਂ ਨੂੰ ਮੈਸੇਜ ਦਿੰਦਾ, ਵੇਕਅਪ ਕਰਦਾ, ਵੇਕਅਪ ਕਰ ਦਿੰਦਾ ਵੀ ਹਾਂ ਆਪਣਾ ਟੈਸਟੋਸਟੋਨ ਬਣਾਉਣ ਲੱਗ ਜਾਓ। ਇਹ ਜਿਹੜਾ ਸਾਈਕਲ ਹੈ, ਬਟ ਹੁਣ ਜਿਹੜਾ ਇਹ ਸਾਈਕਲ ਜਦੋਂ ਆਪਾਂ ਕੋਈ ਵੀ ਆਪਾਂ ਕੋਈ ਐਂਡਰੋਜੈਨਿਕ ਐਨਾਬੋਲਿਕ ਐਂਡਰੋਜੈਨਿਕ ਸਟੀਰੋਇਡ ਲਿੱਤਾ ਹੁੰਦਾ, ਉਹ ਬੰਦ ਹੋ ਜਾਂਦਾ ਜੀ, ਬੰਦ ਹੋ ਜਾਂਦਾ, ਅਤੇ ਤਾਂ ਹੀ ਆਪਾਂ HCG ਚਲਾਉਂਦੇ ਹਾਂ। ਅਤੇ ਉਹ ਜਿਹੜਾ ਐਸ਼ ਵੀਰੇ HCG ਚਲਾਉਂਦੇ ਆ, ਹਮੇਸ਼ਾ ਸਾਰਿਆਂ ਦਾ ਕੁਸ਼ਚਨ ਇਹ ਹੁੰਦਾ ਕਿ ਨਾਲ ਉਹਦੇ ਕਿਹੜੀ ਕਿਹੜੀ ਟੈਬਲੇਟ ਸਟਾਰਟ ਕਰਨੀ ਚਾਹੀਦੀ, ਨੋਲਵਾਡੈਕਸ ਹੋ ਗਈ, ਲਿਟਰੋਜ਼ੋਲ ਹੋ ਗਈ, ਰਿਮੇਡੈਕਸ ਹੋ ਗਈ, ਕਲੋਮਿਡ ਹੋ ਗਈ, ਇਹ ਵੀ ਦੱਸੋ ਵੀ ਜਦੋਂ ਸਾਈਕਲ ਦੀ PCT ਕਰੀਦੀ ਹੈ, ਹਾਂਜੀ ਹਾਂਜੀ,
ਉਹਦੇ ਨਾਲ ਟੈਬਲੇਟ ਜ਼ਰੂਰੀ ਹੈ ਲੈਣੀ ਹਾਂਜੀ ਹਾਂਜੀ ਕਿ ਨਹੀਂ ਜ਼ਰੂਰੀ ਲੈਣਾ ਜੀ ਇਹ ਐਬਸੋਲੂਟਲੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਜਿਹੜਾ ਆਪਣਾ ਏਮ ਹੁੰਦਾ ਉਹ ਆਹੀ ਹੁੰਦਾ ਕਿ ਆਪਣੀ ਬੋਡੀ ਦੀ ਨੈਚੁਰਲ ਟੈਸਟੋਸਟੋਨ ਪ੍ਰੋਡਕਸ਼ਨ ਸਟਾਰਟ ਹੋ ਜਾਏ ਹਾਂਜੀ ਅਤੇ ਜਿੰਨੀ ਛੇਤੀ ਤੁਸੀਂ ਨੈਚੁਰਲ ਟੈਸਟੋਸਟੋਨ ਪ੍ਰੋਡਕਸ਼ਨ ਸਟਾਰਟ ਕਰ ਦੋਗੇ ਜਿਸ ਤਰ੍ਹਾਂ ਹੁਣ ਆਪਾਂ ਨੇ ਦੱਸ ਕੇ ਹਟਿਆ ਕਿ ਬੋਡੀ 7 mg ਤੋਂ ਲੈ ਕੇ 11 mg ਤੱਕ ਬਣਾਉਂਦੀ ਹੈ ਪ੍ਰੋਡਿਊਸ ਕਰਦੀ ਹੈ ਜੀ ਜੇ ਹੁਣ ਆਪਾਂ ਉਹਨੂੰ ਵੀਕਲੀ ਮਲਟੀਪਲਾਈ ਕਰਕੇ ਦੇਖੀਏ ਸਮਝ ਲਓ ਜੇ ਥੋੜ੍ਹੀ ਬੋੜੀ 10 mg ਵੀ ਬਣਾਉਂਦੀ ਹੈ ਤਾਂ ਹਫ਼ਤੇ ਦਾ 70 mg ਹੋ ਗਿਆ ਇੱਕ ਐਸ਼ਵਰੇ ਇਹ ਵੀ ਇੱਕ ਵੀਡੀਓ ਰਾਹੀਂ ਮੈਂ ਮੈਸੇਜ ਦੇਣਾ ਚਾਹੁੰਦਾ ਸਾਰਿਆਂ ਨੂੰ ਤੁਹਾਡਾ ਖੁਦ ਬੈਕਗਰਾਊਂਡ ਰਿਹਾ ਤੁਸੀਂ ਕਾਫ਼ੀ ਦੇਰ ਤੋਂ ਇਸ ਇੰਡਸਟਰੀ ਵਿੱਚ ਕੰਮ ਕਰਦੇ ਹੋ ਹਮੇਸ਼ਾ ਮੁੰਡੇ ਡਰਦੇ ਆ ਹਾਂਜੀ ਵੀ ਜਿਹੜਾ ਸਮਾਨ ਯੇ ਕਰ ਦਿੰਦਾ ਸੈਕਸ ਲਾਈਫ 'ਤੇ ਇਫੈਕਟ ਪਾਉਂਦਾ ਮੇਰੇ ਧਿਆਨ ਨਾਲ ਸਾਰੇ ਜਿਹੜੇ ਗੱਲ ਸੁਣਿਓ ਜਿੰਨੇ ਵੀ ਭਲਵਾਨ ਇੰਡਸਟਰੀ 'ਚ ਜਾਂ ਐਥਲੀਟ ਨੇ ਉਹਨਾਂ ਦੀ ਜਿਹੜੀ ਸੈਕਸ ਰੇਸ਼ੋ 10 out of 10 ਹੈ ਜੀ ਐਜ਼ ਲੌਂਗ ਐਜ਼ ਉਹਨਾਂ ਨੂੰ ਪਤਾ ਹੈ ਜੀ ਉਹ ਕਿਆ ਕਰ ਰਹੇ ਹੈ ਕਈ ਬੰਦੇ ਹੁੰਦੇ ਜੀ ਹੁਣ ਅਸੀਂ ਕੋਈ ਕੇਸ ਸੁਣਦੇ ਹੈ ਕਈ ਬੰਦੇ ਜਿਹੜੇ ਕੋਈ ਕੋਚ ਹੈ ਮੈਨੇ ਦੇਖਿਆ ਜਿਹਨਾਂ ਨੂੰ ਕਈਆਂ ਨੂੰ ਪਤਾ ਨਹੀਂ ਹੈ ਜਾਂ ਜਿਹੜੇ ਇੰਟਰਨੈਟ ਤੋਂ ਜ਼ਿਆਦਾ ਨੌਲੇਜ ਚੱਕੀ ਫਿਰਦੇ ਹੈ ਜਿਹੜਾ ਮੇਨ ਹਾਰਮੋਨ ਹੈ ਉਹ ਕਦੀ ਵਾਰ ਟੈਸਟੋਸਟੋਨ ਚਲਾ ਕੇ ਬ੍ਰੇਕ ਦੇ ਦਿੰਦੇ ਹੈ ਕੋਈ ਹੋਰ ਏਜੰਟ ਪਾ ਦਿੰਦੇ ਫਿਰ ਟੈਸਟੋਸਟੋਨ ਚਲਾ ਦਿੰਦੇ ਹੈ ਅਤੇ ਉਹ ਅਪ ਡਾਊਨ ਹੁੰਦਾ ਜੀ ਜਿਹੜਾ ਉਹ ਹਾਰਮੋਨ ਇੰਬੈਲੈਂਸ ਤੁਹਾਨੂੰ ਪਤਾ ਜੀ ਹਾਰਮੋਨ ਇਨਬੈਲੈਂਸ ਹੁੰਦਾ ਅਤੇ ਇਸ ਕਰਕੇ ਵੀਰ ਮੇਰੇ ਜਿਹੜੇ ਜਿਹੜੇ ਸਪੋਰਟਸ ਕਰਦੇ ਹੋ ਤੁਸੀਂ ਯੂ ਨੋਟ ਅਚੀਵਿੰਗ ਯੂਰ ਗੋਲਸ ਹੈ ਨਾ ਇਹ ਚੀਜ਼ਾਂ ਸਾਰੀਆਂ ਲੈਣ ਨੂੰ ਬਣੀਆਂ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਵੀ ਆਹ ਲਓ ਜਾਂ ਰਿਕਮੈਂਡ ਕਰ ਰਹੇ ਹਾਂ ਪਰ ਮੈਂ ਤੁਹਾਡਾ ਜਿਹੜਾ ਸ਼ੱਕ ਹੈ ਨਾ ਇੱਥੇ ਕੀੜਾ ਹੁੰਦਾ ਉਹ ਦੂਰ ਕਰ ਰਹੇ ਹਾਂ ਵੀ ਇਹ ਲੋਕਾਂ ਨੇ ਅਫਵਾਹਾਂ ਉਡਾਈਆਂ ਹੋਈਆਂ ਜਿਹੜੇ ਸਮਾਨ ਲਾਉਂਦੇ ਆ ਉਹ ਨਾਲ ਖੜਾ ਨਹੀਂ ਹੁੰਦਾ ਉਹ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਉਹ 10 out of 10 ਹੁੰਦੇ ਆ ਠੀਕ ਹੈ ਉਹਨਾਂ ਦੀ ਕਿਉਂਕਿ ਦੇ ਹਾਰ ਵਰਕਿੰਗ ਉਹ ਸਮਾਨ ਵੀ ਠੋਕ ਕੇ ਕਰਦੇ ਆ ਸੋ ਇਹ ਤੁਹਾਡੇ ਮਨ ਦੀ ਇੱਕ ਸੋਚਣੀ ਹੈ ਠੀਕ ਹੈ ਹੁਣ ਐਸ਼ ਵੀਰੇ ਅਗਲਾ ਪੁਆਇੰਟ ਆਪਾਂ ਇਹ ਲੈ ਕੇ ਚੱਲੀਏ ਜਿਹੜਾ ਹਾਰਟ ਆ ਹਾਂਜੀ ਜਦੋਂ ਸਮਾਨ ਤੇ ਹੁੰਦੇ ਆ ਸਾਈਕਲ ਯੂਜ ਕਰਦੇ ਆ ਜਾਂ ਸਾਈਕਲ ਯੂਜ ਤੋਂ ਬਾਅਦ ਜਾਂ PCT ਜਿਹੜੀ ਹਾਰਟ ਦੀ ਬਲੱਡ ਪ੍ਰੈਸ਼ਰ ਹੁੰਦਾ ਹਾਂਜੀ ਉਹ ਹਮੇਸ਼ਾ ਇੱਕ ਇਹ ਵੀ ਡਰ ਆ ਸਾਰਿਆਂ ਨੂੰ ਕਿਉਂਕਿ ਦਿਲ ਧੜਕਦਾ ਜ਼ਿਆਦਾ ਹਾਂਜੀ ਉਹਦਾ ਕਿੱਦਾਂ ਧੜਕਦਾ ਉਹ ਕੀ ਕਾਰਨ ਹੈ ਕੋਲੈਸਟ੍ਰੋਲ ਜਿਹੜਾ ਉਹ ਕਾਰਨ ਹੈ ਹਾਂਜੀ ਕਿ ਜਾਂ ਰੈੱਡ ਸੈਲਸ ਨੇ ਜਾਂ ਉਹ ਕਾਰਨ ਹੈ ਉਹ ਵੀ ਐਕਸਪਲੇਨ ਕਰੋ ਪਲੀਜ਼ ਮੈਂ ਦੱਸਦੇ ਹਿਸਾਬ ਸਭ ਕਿਆ ਹੁੰਦਾ ਜੀ ਜਿਹੜਾ ਹੁਣ ਅਥਲੀਟ ਬੰਦਾ ਹੈ ਜੀ ਹੁਣ ਉਹਦੇ ਇੱਕ ਤਾਂ ਮਸਲ ਟਿਸ਼ੂ ਜ਼ਿਆਦਾ ਹੈ ਜੀ ਠੀਕ ਹੈ ਜੀ ਨੋਰਮਲ ਬੰਦੇ ਨਾਲ ਕਿਉਂਕਿ ਮਸਲ ਜ਼ਿਆਦਾ ਕੈਰੀ ਕਰਦੇ ਹੈ ਅਤੇ ਮਸਲ ਜ਼ਿਆਦਾ ਕੈਰੀ ਕਰਦੇ ਅਤੇ ਉਹਦੇ ਨਾਲ ਜੀ ਜਿਸ ਤਰ੍ਹਾਂ ਹੁਣ ਤੁਸੀਂ ਡਾਇਟ ਵਧੀਆ ਚਲਾਉਂਦੇ ਹੋ ਅਤੇ ਤੁਸੀਂ AAAS ਕੋਈ ਐਨਾਬੋਲਿਕ ਏਜੰਟ ਚਲਾਉਂਦੇ ਹੋ ਅਤੇ ਉਹਨਾਂ ਦੇ ਕੰਮ ਹੁੰਦੇ ਆ ਜੀ ਰੈੱਡ ਬਲੱਡ ਸੈੱਲ ਬਣਾਉਣਾ ਅਤੇ ਰੈੱਡ ਬਲੱਡ ਸੈੱਲ ਦਾ ਕੰਮ ਇਹ ਹੁੰਦਾ ਜੀ ਕਿ ਉਹ ਆਕਸੀਜਨ ਕੈਰੀ ਕਰਦੇ ਆ ਅਤੇ ਹਰ ਇੱਕ ਔਰਗਨ ਤੱਕ ਲੈ ਕੇ ਜਾਂਦੇ ਅਤੇ ਟਿਸ਼ੂਜ਼ ਤੱਕ ਲੈ ਕੇ ਜਾਂਦੇ ਆ ਠੀਕ ਹੈ ਜੀ ਅਤੇ ਹੁਣ ਆਕਸੀਜਨ ਉਹ ਚੱਕਦੇ ਆ ਲੰਗਸ 'ਚੋਂ ਆਪਾਂ ਬਰੀਥ ਕਰਦੇ ਹਾਂ ਆਕਸੀਜਨ ਲੰਗਸ 'ਚ ਆਉਂਦੀ ਹੈ ਅਤੇ ਜਿਹੜੀ ਆਪਣੀ ਰੈੱਡ ਬਲੱਡ ਸੈੱਲ ਉੱਥੋਂ ਦੀ ਆਕਸੀਜਨ ਚੱਕਦੇ ਹਾਂ ਅਤੇ ਜਿਹੜੀ ਵੈਸਲਸ ਜਿੱਕਣ ਆਪਾਂ ਹੁਣ ਕਹਿ ਦਿੰਦੇ ਹਾਂ ਜਿਹੜੀ ਵੈਸਲਸ ਹਾਰਟ 'ਤੇ ਜਾਂਦੀ ਹੈ ਜਿਹੜੀ ਵੇਨਸ ਹੁੰਦੀਆਂ ਹਾਰਟ 'ਤੇ ਜਾਂਦੀ ਹੈ ਉਹਨੂੰ ਆਪਾਂ ਕਹਿ ਦਿੰਦੇ ਹਾਂ ਵੈਸਲਸ ਅਤੇ ਜਿਹੜਾ ਹਾਰਟ ਤੋਂ ਹੋਰ ਸਾਰੇ ਔਰਗਨਸ 'ਤੇ ਜਾਂਦੇ ਹਾਂ ਉਹਨੂੰ ਆਪਾਂ ਕਹਿ ਦਿੰਦੇ ਹਾਂ ਆਰਟਰੀਜ਼ ਨੋਰਮਲ ਕਿੱਦਾਂ ਹੋ ਸਕਦਾ ਉਹਦੇ ਲਈ ਕੀ ਪ੍ਰੀਕੋਸ਼ਨਸ ਲੈਣੇ ਚਾਹੀਦੇ ਕੀ ਕਰਨਾ ਚਾਹੀਦਾ ਇਹ ਪਹਿਲਾਂ ਆਪਾਂ ਦੱਸ ਐਕਸਪਲੇਨ ਕਰ ਰਹੇ ਹਾਂ ਜੀ ਜਿਹੜਾ ਹੁਣ ਉਹ ਰੈੱਡ ਬਲੱਡ ਸੈੱਲ ਜਦੋਂ ਆਪਣੇ ਵੱਧ ਗਏ ਉਹਨਾਂ ਨੇ ਓਨੀ ਆਕਸੀਜਨ ਅੰਦਰ ਇਨਟੇਕ ਕਰਨੀ ਹੈ ਅਤੇ ਓਨੀ ਆਕਸੀਜਨ ਇਨਟੇਕ ਕਰਨੀ ਅਤੇ ਉਸ ਤੋਂ ਬਾਅਦ ਜਿਹੜੀ ਹੁਣ ਆਪਣੇ ਮਸਲ ਟਿਸ਼ੂ ਆਪਣੇ 'ਚ ਜ਼ਿਆਦਾ ਨੇ ਜਿਹੜੇ ਬੋਡੀ ਬਿਲਡਰ ਹੁੰਦੇ ਉਹਨਾਂ ਦਾ ਜ਼ਿਆਦਾਤਰ ਇਸ ਕਰਕੇ ਹੀ ਵੱਧਦਾ ਮਸਲ ਟਿਸ਼ੂ ਜ਼ਿਆਦਾ ਹੈ ਜੀ ਅਤੇ ਜਿੰਨੇ ਜ਼ਿਆਦਾ ਮਸਲ ਟਿਸ਼ੂ ਓਨੀ ਜ਼ਿਆਦਾ ਉਹਨਾਂ ਦੀ ਆਕਸੀਜਨ ਦੀ ਕੰਜ਼ਮਪਸ਼ਨ ਹੁੰਦੀ ਹੈ ਜਿੰਨੀ ਜ਼ਿਆਦਾ ਆਕਸੀਜਨ ਦੀ ਕੰਜ਼ਮਪਸ਼ਨ ਹੁੰਦੀ ਹੈ ਓਨੀ ਜ਼ਿਆਦਾ ਹਾਰਟ ਨੂੰ ਥੋੜ੍ਹਾ ਕੰਮ ਜ਼ਿਆਦਾ ਕਰਨਾ ਪੈਂਦਾ ਕਿਉਂਕਿ ਉੱਥੇ ਆਕਸੀਜਨ ਜ਼ਿਆਦਾ ਚਾਹੀਦੀ ਹੈ ਅਤੇ ਰੈੱਡ ਬਲੱਡ ਸੈੱਲ ਉੱਥੇ ਜ਼ਿਆਦਾ ਭੇਜਣੇ ਪੈਂਦੇ ਅਤੇ ਜਿੰਨੇ ਜ਼ਿਆਦਾ ਉਹਨੂੰ ਤਾਂ ਹੀ ਉਹ ਥੋੜ੍ਹਾ ਜ਼ਿਆਦਾ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਸਭ ਨਾਲ ਪਹਿਲਾਂ ਕਾਰਨ ਤਾਂ ਉਹਨਾਂ ਦਾ ਆਹੀ ਹੈ ਬਲੱਡ ਪ੍ਰੈਸ਼ਰ ਵੱਧਦਾ ਜਿਹੜੇ ਹੈਲਥੀ ਹੈਗੇ ਆ ਉਹਨਾਂ ਦਾ ਬਦਨ ਦੇ ਵਿੱਚ ਥੋੜ੍ਹਾ ਬਹੁਤ 19 ਹੋ ਜਾਵੇ ਉਹਦੇ 'ਚ ਕੋਈ ਇਸ਼ੂ ਨਹੀਂ ਹੈ ਜੀ ਕਿਉਂਕਿ ਉਹ ਹਾਰਟ ਕੈਨ ਇੰਨਾ ਕੁ ਉਹ ਸਹਿਨ ਕਰ ਸਕਦਾ ਹਾਰਟ ਇੰਨੀ ਕੁ ਮੇਨਟੇਨ ਸਹਿਨਸ਼ੀਲਤਾ ਹੁੰਦੀ ਹੈ ਉਹ ਕਰ ਲੈਂਦਾ ਆਪਣਾ ਅਤੇ ਦੂਜੀ ਜਿਹੜੀ ਡਰਨੇ ਵਾਲੀ ਗੱਲ ਹੁੰਦੀ ਹੈ ਜੀ ਹੁੰਦੀ ਹੈ ਕੋਲੈਸਟ੍ਰੋਲ ਜਿਹਨਾਂ ਦੇ ਵਿੱਚ ਚਾਹੇ ਉਹ ਬੰਦਾ ਓਬੀਸ ਹੈ ਅਨਫਿਟ ਹੈ ਅਨਹੈਲਥੀ ਹੈ ਤਾਂ ਹੀ ਤਾਂ ਜੀ ਜਿਸ ਤਰ੍ਹਾਂ ਇਹ ਬਣੀ ਹੋਈ ਹੈ ਮਾਰਕੀਟ ਵਧੀਆ ਕੋਚ ਜੋ ਕਿ ਨਾਲ ਬੈਠੇ ਹਾਂ ਮੇਰੇ ਜ਼ਿਆਦਾ ਦੂਰ ਜਾਣ ਦੀ ਲੋੜ ਹੀ ਨਹੀਂ ਹੈਗੀ ਤੁਹਾਨੂੰ ਪਤਾ ਹੀ ਹੈ
ਜਿਹੜੀ ਜਿਹੜਾ ਸਾਡਾ ਇਹ ਇਸ਼ੂ ਜਿਹੜਾ ਸਾਡਾ ਆਪਾਂ ਇਹ ਸਟਾਰਟ ਕੀਤਾ ਹੋਇਆ ਜੀ, ਇਹ ਜੋ ਵੀ ਹੈ, ਇਹ ਨਹੀਂ ਹੈ ਕਿ ਅਸਾਂ ਨੇ ਬੋਡੀ ਬਿਲਡਰ ਹੀ ਕੱਢਣੇ ਆ, ਸਾਡਾ ਇੱਕ ਹੈ ਕਿ ਜਨਤਾ ਸਾਰੀ ਫਿੱਟ ਰਹੇ, ਸਾਰੇ ਇਹ ਸਾਰਿਆਂ 'ਤੇ ਫਿਜ਼ੀਕਲੀ ਜਿਹੜੇ ਫਿਟਨੈਸ ਦੇ ਵਿੱਚ ਬਿਲੀਵ ਕਰਦੇ ਆ ਜਾਂ ਘਰੇ ਈਵਨ ਕਿ ਲੇਡੀਜ਼ ਜਾਂ ਵੀਰ ਭਰਾ ਜਿਹੜੇ ਡਰਾਈਵਿੰਗ ਕਰਦੇ ਆ, ਟਾਈਮ ਨਹੀਂ ਹੈਗਾ, ਇਹ ਨੌਲੇਜ ਉਹਨਾਂ ਲਈ ਵੀ ਬਹੁਤ ਜ਼ਰੂਰੀ, ਕਿਉਂਕਿ ਜੰਕ ਫੂਡ ਖਾ ਕੇ ਕੋਲੈਸਟਰੋਲ ਇੰਨਾ ਵਧਿਆ ਹੋਇਆ, ਖਾਸ ਕਰਕੇ ਜਿਹੜੇ ਟਰੱਕ ਡਰਾਈਵਰ ਵੀਰ ਨੇ, ਐਬਸੋਲੂਟਲੀ ਉਹਨਾਂ ਦੇ ਹਮੇਸ਼ਾ ਵੇਖਿਓ, ਇੱਕ ਤਾਂ ਸਮੋਕ ਵੀ ਕਰਦੇ ਆ, ਹਾਂਜੀ, ਅਤੇ ਨਾਲ ਦੇ ਨਾਲ ਉਹਨਾਂ ਜਿਹੜੀ ਰੈਗੂਲਰ ਜਿਹੜੀ ਨੋਰਮਲ ਹਾਰਟ ਬੀਟ ਹੈ ਨਾ, ਜਿਹੜੀ ਜਿਹੜੀ ਤੱਕ ਤੱਕ ਕਰਦੀ ਆ, ਉਹ ਲੋੜ ਤੋਂ ਵੱਧ ਬੀਟ ਕਰਦੀ, ਹਾਂਜੀ। ਹੁਣ ਇਸ ਨੂੰ ਆਪਾਂ ਕੰਟਰੋਲ ਵਿੱਚ ਕਰ ਸਕਦੇ, ਇਟਸ ਨੋਟ ਬਿਗ ਇਸ਼ੂ ਕਿ ਫਿਕਸ ਨਹੀਂ ਹੋ ਸਕਦਾ, ਇਹ ਵੀ ਫਿਕਸ ਹੋ ਸਕਦਾ, ਇਹਦੇ ਬਾਰੇ ਹੀ ਆਪਾਂ ਗੱਲ ਕਰਦੇ ਹਾਂ। ਅਤੇ ਐਸ਼ ਵੀਰੇ, ਇਹ ਇਸ਼ੂ ਫਿਕਸ ਕਿੱਦਾਂ ਹੋਵੇ ਜਿਹੜਾ ਕੋਲੈਸਟਰੋਲ ਵਧਿਆ? ਪਹਿਲਾਂ ਤਾਂ ਇੱਕ GP ਕੋਲ ਜਾ ਕੇ ਟੈਸਟ ਕਰਾਉਣਾ ਚਾਹੀਦਾ। ਹਾਂਜੀ, ਇਹ ਜਿਹੜੇ ਸਭ ਨਾਲ ਪਹਿਲਾਂ ਟੈਸਟ ਹੁੰਦਾ ਜੀ HDL ਅਤੇ LDL, ਹਾਂਜੀ, ਦੋ ਟਾਈਪ ਦੇ ਕੋਲੈਸਟਰੋਲ ਹੁੰਦੇ ਆ ਜੀ। ਆਪਾਂ ਹੁਣ ਇੱਕ ਡਾਇਟ ਵੀ ਲਿਖਦੇ ਹਾਂ ਅਤੇ ਉਹਦੇ 'ਚ ਆਪਾਂ ਨੂੰ ਗੁੱਡ ਕੋਲੈਸਟਰੋਲ ਜਿਹੜਾ ਆਪਾਂ ਨੂੰ ਹੈਲਥੀ ਫੈਟਸ ਤੋਂ ਮਿਲਦਾ ਜੀ, ਸੋਰੀ, ਉਹ ਆਪਾਂ ਨੂੰ ਦੱਸਣਾ ਪੈਂਦਾ। HDL ਦਾ ਹੁੰਦਾ ਜੀ ਹਾਈ ਡੈਂਸਿਟੀ ਲਿਪੋ ਪ੍ਰੋਟੀਨ, ਅਤੇ LDL ਦਾ ਮਤਲਬ ਲੋ ਡੈਂਸਿਟੀ ਲਿਪੋ ਪ੍ਰੋਟੀਨ। LDL ਆਪਣੇ ਲਈ ਡੈਮੇਜ ਕਰਦਾ, ਜਿਹੜਾ HDL ਅਤੇ LDL ਹੈ ਇਹ ਦੋਨੋਂ ਬਣਦੇ ਲੀਵਰ ਦੇ ਵਿੱਚ ਹੀ ਹੈ, ਕੋਲੈਸਟਰੋਲ ਲੀਵਰ 'ਚ ਹੀ ਜਨਰੇਟ ਹੁੰਦਾ, ਅਤੇ ਜਿਹੜਾ ਸੋਰੀ ਅਤੇ ਇਹ ਲੀ ਸੋਰੀ ਇਹ ਲੀਵਰ 'ਚ ਹੀ ਜਨਰੇਟ ਹੁੰਦਾ, ਅਤੇ ਜਿਹੜਾ ਇਹ ਦੋਨਾਂ 'ਚ ਫਰਕ ਸਿਰਫ ਇੰਨਾ ਆ ਜਾਂਦਾ ਜੀ, ਜਿਹੜਾ HDL ਹੈ ਇਹ ਮੈਟਾਬੋਲਾਈਜ਼ ਹੋ ਜਾਂਦਾ, ਸੈੱਲ ਨਾਲ ਜੁੜ ਜਾਂਦਾ, ਕਿਸੇ ਨਾਲ ਸੈੱਲ ਨਾਲ ਜੁੜ ਕੇ ਉਹਨੂੰ ਐਜ਼ ਏ ਫੈਟੀ ਐਸਿਡ, ਉਹਨੂੰ ਉਹਦੇ ਸੈੱਲ ਉਹਨੂੰ ਇਨਟੇਕ ਕਰਕੇ ਐਜ਼ ਏ ਫੈਟੀ ਐਸਿਡ ਉਹਨੂੰ ਮੈਟਾਬੋਲਾਈਜ਼ ਕਰ ਦਿੰਦਾ। LDL ਥੋੜ੍ਹੀ ਆਰਟਰੀਜ਼ ਦੇ ਵਿੱਚ ਰਹਿ ਜਾਂਦਾ, ਜਿਹਦੇ ਨਾਲ ਤੁਹਾਡੀ ਬਲੱਡ ਕਲੋਟਿੰਗ ਹੋਊਗੀ, ਜਿਸ ਤਰ੍ਹਾਂ ਆਰਟਰੀਜ਼ ਦੀ ਬਲੋਕੇਜ ਹੋਊਗੀ, ਅਤੇ ਉਹ ਤੋਂ ਬਾਅਦ ਹਾਰਟ ਦੇ ਇਸ਼ੂ ਆਉਣ ਲੱਗ ਜਾਂਦੇ ਆ। ਅਤੇ LDL ਨੂੰ ਜਿਹੜਾ ਕੰਬੈਟ ਕਰਦਾ, ਜਿਹੜਾ ਉਹਨੂੰ ਫਿਕਸ ਕਰਦਾ, ਉਹ HDL ਹੀ ਦੁਬਾਰਾ ਉਹਨੂੰ ਚੱਕ ਕੇ ਆਰਟਰੀਜ਼ ਦੇ ਵਿੱਚੋਂ ਲੀਵਰ 'ਚ ਲੈ ਕੇ ਜਾਂਦਾ ਅਤੇ ਉਹਨੂੰ ਉੱਥੇ ਮੈਟਾਬੋਲਾਈਜ਼ ਕਰਦਾ। ਅਤੇ ਜਿਹੜਾ HDL ਆਪਾਂ ਨੂੰ ਮਿਲਦਾ, ਇਹ ਚੀਜ਼ਾਂ ਆਪਾਂ ਹੁਣ ਦੇਖਣੀ ਵੀ ਜਿਹੜੀ ਹੈਲਥੀ ਫੈਟ ਹੈ। HDL ਆਪਾਂ ਨੂੰ ਮਿਲਦਾ ਜੀ ਓਲੀਵ ਓਇਲ ਤੋਂ, ਐਵੋਕਾਡੋ ਤੋਂ ਮਿਲਦਾ ਜੀ, ਮੈਕਡੇਮੀਆ ਨਟ ਓਇਲ ਤੋਂ ਮਿਲਦਾ ਜੀ, ਜਿਹੜੇ ਅਖਰੋਟ ਹੋ ਗਏ, ਬਦਾਮ ਹੋ ਗਏ, ਇਹਨਾਂ ਤੋਂ ਮਿਲਦਾ ਜੀ, ਅਲਸੀ ਦਾ ਤੇਲ ਹੋ ਗਿਆ, ਹਾਂਜੀ, ਫਲੈਕਸੀਡ ਓਇਲ ਹੋ ਗਿਆ, ਫਲੈਕਸੀ ਸੀਡ ਓਇਲ ਬਹੁਤ ਬੈਸਟ ਆ, ਹਾਂਜੀ, ਜਿੰਨੇ ਵੀ ਤੁਹਾਨੂੰ ਮਸਲ ਪੇਨਾਂ ਗੋਡੇ ਗਿੱਟੇ, ਇਹਦੇ ਵਿੱਚ ਵੀ ਰਿਕਵਰੀ ਦੇ ਵਿੱਚ ਬਹੁਤ ਕੰਮ ਆਉਂਦਾ। ਅਤੇ ਐਸ਼ਵਰੀ ਜਿਹੜੀ ਆਪਾਂ ਓਮੇਗਾ 3 ਓਇਲ, ਹਾਂਜੀ ਹਾਂਜੀ, ਉਹ ਜਿਹੜੀ ਚੀਜ਼ ਹੈ ਉਹ ਵੀ ਇਹਨਾਂ ਨੂੰ ਦੱਸੋ ਵੀ ਉਹ ਕਿੱਥੋਂ ਕਿਹੜੀ ਵਿੱਚੋਂ ਨਿਕਲਦੀ ਹੈ, ਉਹ ਕਿੱਥੋਂ ਮਿਲਦੀ ਹੈ। ਓਮੇਗਾ 3 ਜੀ, ਆਪਾਂ ਹਮੇਸ਼ਾ ਇਹ ਚੀਜ਼ ਦਾ ਧਿਆਨ ਰੱਖਿਓ ਜੀ, ਓਮੇਗਾ 3 ਜਿਹੜੀ ਆਪਾਂ ਨੇ ਲੈਣੀ ਹੈ ਉਹ ਵਾਇਲਡ, ਉਹ ਹੁੰਦੀ ਹੈ ਜੀ ਫਿਸ਼ 'ਚੋਂ ਨਿਕਲਦੀ ਹੈ ਜਾਂ ਕਰਿਲ ਓਇਲ 'ਚੋਂ ਨਿਕਲਦੀ ਹੈ, ਫਿਸ਼ 'ਚੋਂ ਨਿਕਲਦੀ ਹੈ। ਅਤੇ ਆਪਾਂ ਨੇ ਸਿਰਫ ਧਿਆਨ ਰੱਖਣਾ ਹੈ ਜੀ, ਸਿਰਫ ਇੱਥੋਂ ਨੇ ਕਿਤੋਂ ਮਰਜ਼ੀ ਲਓ, ਤੁਸੀਂ ਇੰਟਰਨੈਟ ਤੋਂ ਈਬੇ ਕੈਮਿਸਟ ਵੇਅਰਹਾਊਸ ਕੋਲਸ ਕਿਤੋਂ ਮਰਜ਼ੀ ਲਓ, ਵਾਇਲਡ ਕੋਟ ਫਿਸ਼ ਹੋਵੇ। ਵਾਇਲਡ ਕੋਟ ਫਿਸ਼ ਦਾ ਮਤਲਬ ਨਹਿਰ 'ਚੋਂ ਨਿਕਲੀ ਹੋਈ ਮੱਛੀ ਹੋਵੇ ਜਾਂ ਸਮੁੰਦਰ 'ਚੋਂ ਨਿਕਲੀ ਹੋਈ ਫਿਸ਼ ਹੋਵੇ, ਐਵੇਂ ਨਾ ਹੋਵੇ ਵੀ ਕਿਸੇ ਨੇ ਪੌਂਡ ਦੇ ਵਿੱਚ ਫਿਸ਼ਾਂ ਰੱਖੀਆਂ ਹੋਈਆਂ, ਉਹਨਾਂ ਨੇ ਇੱਕ ਪਾਸੇ ਪੌਂਡ ਲਾਇਆ ਹੁੰਦਾ ਅਤੇ ਇੱਕ ਪਾਸੇ ਉਹਨਾਂ ਨੇ ਪੋਲਟਰੀ ਫਾਰਮ ਲਾਇਆ ਹੁੰਦਾ, ਮੱਕੀ ਉਹ ਫਿਸ਼ਾਂ ਨੂੰ ਦੇਈ ਜਾਂਦੇ ਆ, ਮੱਕੀ ਉਹ ਚਿਕਨ ਨੂੰ ਦੇਈ ਜਾਂਦੇ ਹੁੰਦੇ ਆ, ਅਤੇ ਉਹਦੇ 'ਚੋਂ ਫਿਰ ਓਮੇਗਾ 3 ਦੀ ਕੁਆਲਿਟੀ ਉਹ ਨਹੀਂ ਨਿਕਲਦੀ। ਜਿਹੜੀ ਫਿਸ਼ ਹੁੰਦੀ ਹੈ ਨਹਿਰ 'ਚ ਹੁੰਦੀ ਹੈ, ਵਾਈਲਡ ਫਾਈਲਡ ਫਿਸ਼ ਹੁੰਦੀ ਹੈ, ਉਹ ਕੀੜੇ ਖਾਂਦੀ ਹੈ, ਕੀੜੇ ਖਾਂਦੀ ਹੈ, ਚਿੰਗੂਏ ਚੁੰਗੇ ਜਿਹੜੇ ਆਪਾਂ ਕਹਿੰਦੇ ਹਾਂ, ਉਹਨਾਂ 'ਚ ਓਮੇਗਾ ਅਸਲੀ ਓਮੇਗਾ 3 ਨਿਕਲਦਾ ਅਤੇ ਉਹ ਓਇਲ ਕੰਬਦਾ। ਬਾਕੀ ਜਿਹੜਾ ਹੋਰ ਸਾਰੇ ਕੋਲ ਸਕੂਲ ਤੋਂ ਜਿਹੜਾ ਕਿਤੇ ਪਾਸੋਂ ਹੋਰ ਮਿਲਦਾ ਕੈਮਿਸਟ ਵੇਅਰ ਹਾਊਸ 'ਚੋਂ, ਉਹਨੇ ਤੁਹਾਡਾ 0% ਅਸਰ ਕਰਨਾ, ਉਹਨੇ ਕੁਛ ਨਹੀਂ ਕਰਨਾ। ਮਰਕਰੀ ਫ੍ਰੀ ਹੋਵੇ ਅਤੇ ਵਾਇਲਡ ਕੋਟ ਫਿਸ਼ ਹੋਵੇ, ਉਹਦੇ 'ਚੋਂ ਓਮੇਗਾ 3 ਨਿਕਲਦਾ। ਬਾਕੀ ਕਿਸੇ ਫਿਸ਼ 'ਚੋਂ ਜਿਹੜੀ ਲੋਕਲ ਫਿਸ਼ ਹੈ, ਜਿੱਦਾਂ ਤੁਸੀਂ ਫਿਸ਼ ਲੈਣ ਜਾਂਦੇ ਹੋ, ਉਹ ਕਹਿ ਦਿੰਦੇ ਨਾ ਮੈਨੂੰ ਬਾਸਰ ਦੀ ਫਿਸ਼ ਸਸਤੀ ਹੈ, ਮੈਨੂੰ ਚੰਗੀ ਨਹੀਂ ਲੱਗਦੀ, ਮੈਨੂੰ ਸੈਲਮਨ ਫਿਸ਼ ਚੰਗੀ ਲੱਗਦੀ ਹੈ, ਇੱਦਾਂ ਹੀ ਜਦੋਂ ਫਿਸ਼ ਓਇਲ ਲੈਣ ਜਾਂਦੇ ਹੋ, ਉੱਥੇ $10-$10 ਤੇ ਹਜ਼ਾਰ ਕੈਪਸ਼ੂਲ ਲੱਗੇ ਹੁੰਦੇ ਆ, $2-$4 ਦਾ ਫਰਕ ਪੈਂਦਾ, ਚੰਗੀ ਚੀਜ਼ ਲਓ। ਹਾਂਜੀ, ਜਿਹੜੀ ਹੁਣੇ ਬਾਈ ਨੇ ਦੱਸਿਆ ਮਰਕਰੀ ਫ੍ਰੀ ਅਤੇ ਵਾਇਲਡ ਫਿਸ਼ ਜਿਹੜੀ ਆ, ਉਹ ਤੁਸੀਂ ਬਰੀਫਲੀ ਉੱਥੇ ਲਿਖਿਆ ਹੁੰਦਾ ਵਿੱਚ ਸਾਰਾ ਚੈੱਕ ਕਰ ਸਕਦੇ ਹੋ, $2-$4 ਦਾ ਕੋਈ ਫਰਕ ਨਹੀਂ ਪੈਂਦਾ, ਇਹਦੇ ਅਕੋਰਡਿੰਗ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ। ਅਤੇ ਐਸ਼ ਵੀਰੇ, ਜਿਹੜਾ ਹਾਰਟ ਇਨਕਰੀਜ਼ ਹੁੰਦਾ ਜਾਂ ਅੰਦਰ ਜਿਹੜੇ ਔਰਗਨਸ ਇਨਕਰੀਜ਼ ਹੁੰਦੇ, ਉਹ ਕਿਹੜੀ ਗੱਲੋਂ ਹੁੰਦੇ, ਕੀ ਇਹੋ ਜਿਹਾ ਐਥਲੀਟ ਯੂਜ਼ ਕਰਦਾ ਜਿਹਦੇ ਕਰਕੇ ਇਹ ਸਾਰੇ ਔਰਗਨਸ ਇਨਕਰੀਜ਼ ਹੁੰਦੇ? ਠੀਕ ਹੈ ਜੀ, ਸਭ ਨਾਲ ਪਹਿਲੋਂ ਗੱਲ ਤਾਂ ਜੀ ਆਪਾਂ ਸਭ ਨੂੰ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਜੀ, ਹਾਰਟ ਮਸਲ ਹੈ, ਤੁਸੀਂ ਇਹ ਨਾ ਲਾ ਕੇ ਚੱਲੋ ਜੀ, ਹਾਰਟ ਵੀ ਇੱਕ ਮਸਲ ਹੈ। ਅਤੇ ਤੁਸੀਂ ਇਹ ਚੀਜ਼ ਦੇਖੋ, ਜਿਹੜੀ ਚੀਜ਼ ਤੁਸੀਂ ਟ੍ਰੇਨ ਕਰਦੇ ਹੋ ਬੜੀ ਹੋ ਜਾਂਦੀ ਹੈ, ਉਹਦੀ ਇਨਲਾਰਜਮੈਂਟ ਹੋ ਜਾਂਦੀ ਹੈ, ਅਤੇ ਹਾਰਟ ਵੀ ਇੱਕ ਮਸਲ ਹੈ। ਅਤੇ ਆਪਾਂ ਜਦੋਂ ਟ੍ਰੇਨ ਕਰਦੇ ਹਾਂ, ਅਥਲੀਟ ਬੰਦੇ ਜਿਹੜੇ ਆ ਉਹਨਾਂ ਦੀ ਸਪੈਸ਼ਲੀ ਇਨਲਾਰਜਮੈਂਟ ਹੋਈ ਹੁੰਦੀ ਹੈ, ਜਿਹੜਾ ਤਾਂ ਬੰਦਾ ਅਥਲੀਟ ਹੈ ਜਿਮ ਜਾਂਦਾ ਉਹਦੀ ਇਨਲਾਰਜਮੈਂਟ ਹੋਈ ਵੀ ਆ, ਕੋਈ ਇਸ਼ੂ ਨਹੀਂ ਹੈ, ਕੋਈ ਇਸ਼ੂ ਨਹੀਂ। ਜੇ ਕੋਈ ਨੋਰਮਲ ਬੰਦੇ ਦੀ ਇਨਲਾਰਜਮੈਂਟ ਹੈ ਤਾਂ ਉਹ ਇਸ਼ੂ ਹੈ। ਅਤੇ ਇਹ ਜਿਹੜੀ ਇਨਲਾਰਜਮੈਂਟ ਹੈ ਜੀ, HGH ਵੀ ਕਰ ਦਿੰਦੀ ਹੈ, ਠੀਕ ਹੈ। ਹੁਣ ਇਹਨਾਂ ਨੇ HGH ਜਿਹੜੇ ਲੌਂਗ ਟਰਮ ਯੂਜ਼ ਕਰਦੇ ਨੇ,
ਜਦੋਂ ਰਿਜ਼ਲਟ ਮਿਲਦਾ ਓਬਵੀਅਸਲੀ ਇੱਕ ਗੱਲ ਯਾਦ ਰੱਖਿਓ, ਗੱਟ ਜਿਹੜੀ ਆ ਉਹਦਾ ਸਾਈਜ਼ ਦੇ ਵਿੱਚ ਫਰਕ ਪੈਂਦਾ, ਗੱਟ ਵੱਡੀ ਹੁੰਦੀ ਆ ਜਾਂ ਐਚ ਜੀ ਐਚ ਨਾਲ ਜਾਂ ਇੰਸੂਲਿਨ ਲਾਉਣ ਦੇ ਨਾਲ। ਐਚ ਜੀ ਐਚ ਦੇ ਨਾਲ ਨਾਲ ਜੇ ਮਸਲ ਇਨਕਰੀਜ਼ ਹੁੰਦਾ ਅਤੇ ਜੇ ਬੰਦੇ ਨੂੰ ਕੋਈ ਅੰਦਰ ਉਹਦੇ ਬੋਡੀ ਦੇ ਵਿੱਚ ਬਿਮਾਰੀ ਆ ਉਹ ਵੀ ਇਨਕਰੀਜ਼ ਹੁੰਦੀ। ਹਾਂਜੀ ਹਾਂਜੀ ਹਾਂਜੀ। ਇਸ ਕਰਕੇ ਜਿਹੜੇ ਹਾਰਟ ਦਾ ਤੁਹਾਡਾ ਸਾਈਜ਼ ਵੱਧਦਾ ਆ ਉਹ ਐਚ ਜੀ ਐਚ ਇੱਕ ਕਾਰਨ ਹੈ, ਪਰ ਇਹ ਸਾਰੇ ਇਸ਼ੂ ਇਹ ਨਹੀਂ ਹੈਗੇ, ਫਿਕਸ ਵੀ ਹੋ ਸਕਦੇ। ਇਹ ਚੰਗਾ ਕੋਚ ਹੀ ਤੁਹਾਨੂੰ, ਅਸੀਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਕਹਿੰਦੇ ਆਹੀ ਆ ਰਹੇ ਹਾਂ, ਮੈਸੇਜ ਤੁਹਾਨੂੰ ਦਿੰਦੇ ਆਹੀ ਆ ਰਹੇ ਹਾਂ, ਸਮਾਨ ਤੁਹਾਨੂੰ ਮਿਲ ਸਕਦਾ, ਸਾਰੇ ਪਾਸੋਂ ਮਿਲ ਸਕਦਾ, ਸਾਰੀ ਚੀਜ਼ਾਂ ਤੁਹਾਨੂੰ ਈਜ਼ੀਲੀ ਅਵੇਲੇਬਲ, ਐਵਰੀਥਿੰਗ ਈਜ਼ੀਲੀ ਮਿਲ ਸਕਦੀ ਹੈ। ਪਰ ਜਿਹੜਾ ਇਹ ਸਮਾਨ ਦਾ 10% ਰੋਲ ਹੈ, ਕੋਚ ਦਾ 90% ਰੋਲ ਹੈ, ਇਹ ਮੇਰੀ ਗੱਲ ਯਾਦ ਰੱਖਿਓ। ਤੇ ਉਹ ਐਵੇਂ ਨਾ ਚੱਲਿਓ ਵੀ ਹਾਂ ਅਸੀਂ ਕਿਸ ਤੋਂ ਇੰਟਰਨੈਟ ਤੋਂ ਪੁੱਛ ਕੇ ਸਾਨੂੰ ਪਤਾ ਲੱਗਾ। ਜਦ ਤੱਕ ਜਿਹੜੇ ਮੈਂ ਤੁਹਾਨੂੰ ਮੈਸੇਜ ਖਾਉਂਦਾ ਸੀਗਾ ਉਦੋਂ ਕਿ ਆਪਣੇ ਉਹ, ਚਲੋ ਮੈਂ ਹੁਣ ਕਿਸੇ ਦਾ ਨਾਂ ਨਹੀਂ ਲੈਣਾ ਆਪਾਂ ਇੱਥੇ, ਆਪਣੇ ਮੁੰਡੇ ਕਾਫੀ ਰੈਸਲਿੰਗ ਕਰਦੇ ਹੋਏ ਇੱਥੇ, ਉਹ ਪਿੱਛੇ ਜਿਹੜਾ ਮੈਸੇਜ ਹੋਇਆ ਕਿ ਭਾਜੀ ਮੈਂ ਆਹ ਲਾ ਲਾ ਕੇ ਉਹ ਡੈਕਾ ਲਾ ਲਾ ਕੇ ਡੈਕਾ ਲਾ ਲਾ ਕੇ ਭਾਜੀ ਮੇਰਾ ਆਹ ਹੋ ਗਿਆ, ਮੈਂ ਹੁਣ ਫਿਕਸ ਕਿੱਦਾਂ ਕੀਤਾ ਜਾਵੇ। ਅਤੇ ਇਹ ਚੀਜ਼ਾਂ ਆ ਸਮਾਨ, ਉਹ ਕਹਿੰਦੇ ਰੱਬ ਲੱਭਣ ਜਿਹੀ ਹੈ ਨਾ, ਰੱਬ ਵੀ ਲੱਭਦਾ ਸਮਾਨ, ਸਭ ਕੁਛ ਮਿਲਦਾ ਇੱਥੇ, ਕੀ ਨਹੀਂ ਮਿਲਦਾ, ਪਰ ਮੇਕ ਸ਼ੋਰ ਕਿ ਉਹ ਯੂਜ਼ ਜਿਹੜਾ ਕਰਨਾ, ਯੂ ਨੀਡ ਚੰਗੀ ਨੌਲੇਜ, ਉਹਨੂੰ ਐਵੇਂ ਨਾ ਯੂਜ਼ ਕਰੋ, ਸਰੀਰ ਨੂੰ ਨਾ ਖਰਾਬ ਕਰੋ, ਧਿਆਨ ਨਾਲ ਯੂਜ਼ ਕਰੋ। ਹੁਣ ਐਸ਼ ਵੀਰੇ ਜਿਹੜਾ ਬਲੱਡ ਪ੍ਰੈਸ਼ਰ ਕੰਟਰੋਲ ਕਰਨਾ, ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਅਸੀਂ ਯੂਜ਼ ਕਰ ਸਕਦੇ ਹਾਂ ਕਿ ਜਿਹੜਾ ਸੁੱਤੇ ਪਿਆਂ ਵੀ ਲੋਕਾਂ ਦੀ ਹਾਰਟ ਬੀਟ ਵਧੀ ਹੁੰਦੀ ਹੈ, ਜਾਂ ਜਿੱਦਾਂ ਕੋਈ ਸਮਾਨ ਤੇ ਹੁੰਦਾ ਉਹਨੂੰ ਪਤਾ ਲੱਗਦਾ ਕਿ ਮੇਰੀ ਹਾਰਟ ਬੀਟ ਚੱਲ ਰਹੀ ਆ ਲਿਟਲ ਬਿਟ ਫਾਸਟ ਦੈਨ ਨੋਰਮਲ, ਉਹ ਕਿੱਦਾਂ ਫਿਕਸ ਹੋ ਸਕਦੀ, ਕਿੱਦਾਂ ਕੰਟਰੋਲ ਹੋ ਸਕਦੀ। ਕੋਈ ਇਹੋ ਜਿਹੀ ਚੀਜ਼ ਦੱਸੋ ਜਿਹੜੀ ਮਾਰਨਿੰਗ ਦੇ ਵਿੱਚ ਲਈ ਜਾਵੇ, ਜਾਂ ਮੈਡੀਸਿਨ ਦੇ ਵਿੱਚ ਲਈ ਜਾਵੇ, ਜਾਂ ਲਿਵਰ 'ਤੇ ਕੋਈ ਇਹੋ ਜਿਹੀ ਚੀਜ਼ ਹੈਗੀ ਇਫੈਕਟ ਪੈਂਦਾ, ਜਾਂ ਲਿਵਰ ਸਟਰੋਂਗ, ਕੀ ਚੀਜ਼ਾਂ ਹੈ ਚੀਜ਼ਾਂ ਜੀ? ਮੈਡੀਸਿਨ ਦੇ ਰੂਪ 'ਚ ਤਾਂ ਬਥੇਰੀ ਚੀਜ਼ਾਂ ਨੇ, ਪਰ ਜੇ ਆਪਾਂ ਇਹਨੂੰ ਸਭ ਨਾਲ ਵਧੀਆ ਗੱਲ ਹੈ ਜੇ ਆਪਾਂ ਇਹਨੂੰ ਡਾਇਟ ਦੇ ਵਿੱਚ ਫਿਕਸ ਕਰ ਲਈਏ, ਹੈਲਥੀ ਡਾਇਟ ਜਿਹੜੀ ਆਪਾਂ ਕਹਿੰਦੇ ਪੋਲੀ ਸੈਚੂਰੇਟਡ ਫੈਟ ਇਨਕਲੂਡ ਕਰੋ ਡਾਇਟ ਦੇ ਵਿੱਚ, ਉਹਨੂੰ ਆਪਾਂ ਡਾਇਟ 'ਚ ਇਨਕਲੂਡ ਕਰ ਲਈਏ ਉਹ ਵਧੀਆ। ਇੱਕ ਆਪਣਾ ਸਟ੍ਰੈਸ ਲੈਵਲ ਘਟਾ ਦਈਏ, ਸਟ੍ਰੈਸ ਲੈਵਲ ਜਿੱਦਾਂ ਘੱਟ ਸਕਦਾ, ਐਕਸਰਸਾਈਜ਼ ਬਹੁਤ ਵਧੀਆ ਤਰੀਕਾ। ਖਾਸ ਕਰਕੇ ਜਿਹੜਾ ਸਟ੍ਰੈਸ ਲੈਵਲ ਹੈ ਨਾ ਵੀਰੇ, ਹੱਥ ਜੋੜੇ ਸਾਰਿਆਂ ਗੜੀ, ਇਹ ਸਭ ਕੁਛ ਇੱਥੇ ਰਹਿ ਜਾਣਾ, ਇੱਕ ਗੱਲਾਂ ਹੀ ਯਾਦ ਰਹਿਣਗੀਆਂ, ਸੁਪਨਾ ਆਇਆ, ਕੱਲ੍ਹ ਨੂੰ ਜਦੋਂ ਅੱਖਾਂ ਖੋਲਣੀਆਂ ਪਤਾ ਨਹੀਂ ਕਿੱਥੇ ਹੋਣਾ। ਕੋਈ ਫਿਕਰ ਨਾ ਕਰਿਆ ਕਰੋ, ਸਟ੍ਰੈਸ ਬਿਲਕੁਲ ਨਾ ਲਿਆ ਕਰੋ, ਫੈਮਲੀ ਦੇ ਨਾਲ ਚੰਗਾ ਟਾਈਮ ਸਪੈਂਡ ਕਰਿਆ ਕਰੋ। ਜੇ ਸਟ੍ਰੈਸ ਵਾਲੀ ਸਿਚੁਏਸ਼ਨ ਬਣਦੀ ਆ ਉਹਨੂੰ ਇਗਨੋਰ ਕਰੋ ਕੁਛ ਹੋਰ ਕਰਕੇ, ਜਿਮ ਚਲੇ ਜਾਓ, ਜੇ ਜ਼ਿਆਦਾ ਗੱਲ ਇੱਥੇ ਸਾਡੇ ਕੋਲ ਇੱਥੇ ਆ ਜਾਓ, ਨੋਬਲ ਪਾਰਕ ਬੋਡੀ ਫਿਊਲ ਸਪਲੀਮੈਂਟ ਸਰਚ ਕਰ ਲਓ, ਇੱਥੇ ਆ ਜਾਓ, ਗੱਪਾਂ ਮਾਰਨੀਆਂ ਹੁੰਦੀਆਂ ਉਹਦੇ, ਠੀਕ ਹੈ ਨਾ। ਅਤੇ ਪਰ ਸਟ੍ਰੈਸ ਜਿਹੜਾ ਵੀਰ ਨੇ ਗੱਲ ਕੀਤੀ, ਸਟ੍ਰੈਸ ਬਹੁਤ ਵੱਡਾ ਕਾਰਨ ਹੈ, ਇਸ ਕਰਕੇ ਸਟ੍ਰੈਸ ਨੂੰ ਘਟਾਓ, ਚੰਗੀ ਡਾਇਟ ਦੇ ਉੱਤੇ ਜੰਪ ਕਰੋ। ਹੋਰ ਐਸ਼ ਵੀਰੇ, ਇਹ ਤੁਸੀਂ ਡਾਇਟ ਨਾਲ ਕੰਟਰੋਲ ਕਰ ਸਕਦੇ ਹੋ ਜੀ, ਸਟ੍ਰੈਸ ਘਟਾ ਦਿਓ, ਆਪਣਾ ਲਾਈਫ ਸਟਾਈਲ ਚੇਂਜ ਕਰੋ ਜੀ, ਜਿਸ ਤਰ੍ਹਾਂ ਹੁਣ ਆਪਣੀ ਨੀਂਦ ਪੂਰੀ ਕਰੋ ਜੀ, ਜਿਸ ਤਰ੍ਹਾਂ ਆਪਣੀ ਨੀਂਦ ਨਹੀਂ ਬੰਦਿਆਂ ਦੀ ਪੂਰੀ ਹੁੰਦੀ, ਸਭ ਨਾਲ ਬੜਾ ਕਾਰਨ ਤਾਂ ਇਹ ਹੈ ਕਿਉਂਕਿ ਜਿਹੜੇ ਬੋਡੀ ਦੀ ਫੈਟ ਬਰਨ ਹੁੰਦੀ ਹੈ ਬੰਦੇ ਦੀ, ਸਭ ਨਾਲ ਵੱਧ ਜਦੋਂ ਸੁੱਤਾ ਹੁੰਦਾ ਉਦੋਂ ਹੀ ਕਰਦਾ, ਗਰੋਥ ਹਾਰਮੋਨ ਰਿਲੀਜ਼ ਹੁੰਦੇ ਹੈ, ਅਤੇ ਰੈਸਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜੇ ਟਰੱਕ ਵਾਲੇ ਹੈਗੇ ਉਹਨਾਂ ਦੇ ਜਿਹੜੇ ਜ਼ਿਆਦਾਤਰ ਬੰਦੇ ਉਹਨਾਂ ਦੇ ਹਾਰਮੋਨ ਹੀ ਖਰਾਬ ਹੋਏ ਹੁੰਦੇ ਆ, ਉਹ ਇਸੇ ਕਰਕੇ ਹੁੰਦੇ ਆ, ਉਹ ਅਲਾਰਮ ਲਾ ਲਾ ਕੇ ਉੱਠੀ ਜਾਂਦੇ ਆ, ਅਤੇ ਮੁੜ ਕੇ ਕੌਫੀ ਪੀ ਲਈ, ਸਿਗਰਟ ਪੀ ਲਈ, ਹੈ ਨਾ, ਆਪਣੇ ਆਪ ਨੂੰ ਜਗਾਉਣ ਵਾਸਤੇ, ਅਤੇ ਉਹ ਬੋਡੀ ਰਿਕਵਰ ਹੀ ਨਹੀਂ ਕਰ ਪਾਉਂਦੇ, ਜਾਂ ਡਾਇਟ ਨੂੰ ਸਕਿੱਪ ਕਰਦੇ ਰਹਿੰਦੇ ਆਪਾਂ ਨਾਲ ਨਾਲ। ਉਹ ਕਈ ਅੱਜ ਕੱਲ੍ਹ ਬੜੀ ਵਧੀਆ ਆਪਸ਼ਨ ਆਈ ਹੈ, ਜੇ ਫੂਡ ਨਹੀਂ ਖਾਣਾ ਤਾਂ ਉਹਨੂੰ ਫੂਡ ਰਿਪਲੇਸਮੈਂਟ ਨੂੰ ਨਾਲ ਸ਼ੇਕਰ ਲੈ ਜਾਂਦੇ। ਹਾਂਜੀ ਹਾਂਜੀ ਹਾਂਜੀ। ਇਹ ਸ਼ੇਕ ਜਿਹੜੇ ਬਣੇ ਹੋਏ ਆ ਇਹ ਆਫਟਰ ਯੂਰ ਵਰਕਆਊਟ ਆ ਕੇ, ਜਿਹੜਾ ਤੁਹਾਡਾ ਜਿਹੜਾ ਮਸਲ ਟਿਸ਼ੂ ਫਾਈਬਰ ਪਾਟਿਆ ਹੋਇਆ ਉਹਨੂੰ ਰਿਕਵਰੀ ਦੇ ਵਿੱਚ ਤੁਹਾਡੇ ਕੰਮ ਆਵੇ। ਪਰ ਇਹ ਨਹੀਂ ਹੈ ਕਿ ਫੂਡ ਨਹੀਂ ਖਾਣਾ, ਅਸੀਂ ਪ੍ਰੋਟੀਨ ਦੇ ਸ਼ੇਕ ਹੀ ਨਾਲ ਲਈ ਜਾਈਏ ਸਾਰੇ, ਹੈ ਨਾ। ਹਾਂਜੀ ਹਾਂਜੀ। ਇਹ ਵੀ ਚੀਜ਼ਾਂ ਧਿਆਨ ਦੇ ਵਿੱਚ ਰੱਖਿਆ, ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਅਤੇ ਗਾਇਸ ਅੱਜ ਤਾਂ ਇਹ ਟੋਪਿਕ ਸੀਗਾ ਆਪਾਂ ਜੀ, ਉਹ ਤੁਹਾਨੂੰ ਇੱਕ ਗੱਲ ਦੱਸੀ ਸੀ ਵੀ ਜਿਹੜੀ ਉਹਦੇ ਨਾਲ ਐਚ ਸੀ ਜੀ ਦੇ ਨਾਲ ਕੋਈ ਹੋਰ ਗੋਲੀ ਲੈਣੀ ਜ਼ਰੂਰੀ ਹੈ, ਉਹ ਕਵਰ ਕਰ ਲਈ ਉਹ ਵੀ। ਹਾਂਜੀ ਪਲੀਜ਼ ਪਲੀਜ਼, ਉਹ ਗੱਲ ਰਹਿ ਗਈ ਜਿਹੜੀ ਐਚ ਸੀ ਜੀ ਜਿਹੜਾ ਪੀ ਸੀ ਟੀ ਦੇ ਵਿੱਚ ਇੰਜੈਕਸ਼ਨ ਯੂਜ਼ ਕਰਦੇ, ਉਹਦੇ ਨਾਲ ਜਿਹੜੀਆਂ ਟੈਬਲੇਟਸ ਹੁੰਦੀਆਂ ਜਿੱਦਾਂ ਕਿ ਲਿਟਰਾਜ਼ੋਲ, ਕਲੋਮਿਡ, ਰਿਮਿਡਿਕਸ, ਨੋਲਵਾਡਿਕਸ, ਇਹ ਗੋਲੀਆਂ ਨਾਲ ਲੈਣੀਆਂ ਜ਼ਰੂਰੀ ਹੁੰਦੀਆਂ ਕਿ ਨਹੀਂ ਹੁੰਦੀਆਂ? ਸੋਰੀ ਮੈਨੂੰ ਚੇਤਾ ਭੁੱਲ ਗਿਆ ਸੀਗਾ, ਐਸ਼ਵੀਰ ਜੀ ਪਲੀਜ਼ ਕਵਰ ਕਰੋ। ਹਾਂਜੀ, ਇਹ ਐਸ ਸੀ ਜੀ ਨੇ ਆਪਣੀ ਚੀਜ਼, ਜਦੋਂ ਲਿਥੋਨਾਈਜ਼ਿੰਗ ਹਾਰਮੋਨ ਨੂੰ, ਜਦੋਂ ਆਪਾਂ ਹੁਣ ਪਿੱਛੇ ਜੇ ਗੱਲ ਕਰਕੇ ਹਟੇ ਆ ਲਿਥੋਨਾਈਜ਼ਿੰਗ ਹਾਰਮੋਨ ਨੂੰ ਮੈਸੇਜ ਦਿੱਤਾ ਵੀ ਆਪਣੇ ਟੈਸਟੀਕੁਲਰ ਨੂੰ ਮੈਸੇਜ ਦਿੱਤਾ ਵੀ ਪ੍ਰੋਡਿਊਸ ਕਰਨਾ, ਟੈਸਟੋਸਟਰੋਨ ਪ੍ਰੋਡਿਊਸ ਕਰਨਾ ਸਟਾਰਟ ਕਰਦੇ, ਉਹ ਨੈਚੁਰਲ ਸਾਈਕਲ ਚੱਲ ਗਿਆ ਜੀ। ਹੁਣ ਉਹ ਨੈਚੁਰਲ ਸਾਈਕਲ ਚੱਲ ਜਾਂਦਾ, ਇਹ ਜਿਹੜਾ ਇਹ ਸਾਈਕਲ ਥੋੜ੍ਹਾ ਤੇਜ਼ ਚੱਲਦਾ ਜਿਹਨੂੰ ਆਪਾਂ ਕਹਿੰਦੇ, ਇਹਨੂੰ ਆਪਾਂ ਨੇ ਨੈਚੁਰਲ ਬਣਾਉਣਾ ਹੁੰਦਾ,
ਜਿਹੜੇ ਚੀਜ਼ ਇਹਦੀ ਬੈਕ ਲੂਪ ਜਿਹੜੀ ਹੁਣ ਉਹਦੇ 'ਚੋਂ ਜਿਹੜੀ ਕਨਵਰਟ ਹੁੰਦੀ ਹੈ ਜਿਹੜੀ ਐਸਟ੍ਰੋਜਨ ਦੇ ਵਿੱਚ ਕਨਵਰਟ ਹੁੰਦਾ, ਥੋੜ੍ਹਾ ਟੈਸਟਰੋਨ ਬੋਡੀ ਦਾ ਜਿਹੜਾ ਆਪਣਾ ਐਸਟ੍ਰੋਜਨ ਦੇ ਵਿੱਚ ਕਨਵਰਟ ਹੁੰਦਾ, ਉਹਦੀ ਬੈਕ ਲੂਪ ਆਪਾਂ ਨੇ ਬੰਦ ਕਰਨੀ। ਇਹ ਐਸਟ੍ਰੋਜਨ ਉਹਦੀ ਗੱਲ ਕਰ ਰਹੇ ਹਾਂ ਜਿਹੜੇ ਤੁਸੀਂ ਇੱਥੇ ਫੀਲ ਹੁੰਦਾ ਨਾ ਬੰਦੇ ਦੇ ਚੈਸਟ ਦੇ ਵਿੱਚ, ਉਹ ਗੋਲੀਆਂ ਫੀਲ ਹੁੰਦੀਆਂ, ਇਹ ਐਸਟ੍ਰੋਜਨ ਉਹ ਚੀਜ਼ ਆ ਟੈਬਲੇਟ ਨਾਲ ਲੈਣਾ ਕਿ ਜਿਹੜਾ ਐਸਟ੍ਰੋਜਨ ਲੈਵਲ ਉਹ ਵੀ ਬਲੋਕ ਰਹੇ। ਹਾਂਜੀ ਹਾਂਜੀ, ਤੇ ਇਸ ਕਰਕੇ ਉਹੀ ਜਿਹੜੀ ਰੋਨੀ ਭਾਅ ਜੀ ਨੇ ਐਕਸਪਲੇਨ ਕੀਤਾ ਤੁਹਾਨੂੰ, ਰੋਨੀਵੀਰ ਨੇ ਵੀ, ਐਸਟ੍ਰੋਜਨ ਨੂੰ ਬਲੋਕ ਕਰਨਾ ਜ਼ਿਆਦਾ ਜ਼ਰੂਰੀ ਵੀ ਹੁੰਦਾ ਵੀ ਹਾਂ ਐਸਟ੍ਰੋਜਨ ਨੂੰ ਬਲੋਕ ਕੀਤਾ ਜਾਵੇ, ਅਤੇ ਜਿਹੜੀ ਉਹਦੀ ਬੈਕ ਲੂਪ ਜਿਹੜੀ ਦੁਬਾਰਾ ਆਪਣੇ ਪਿਟੂਇਟਰੀ ਗਲੈਂਡ 'ਚ ਜਾ ਰਹੀ ਆ ਉਹਨੂੰ ਆਪਾਂ ਬੰਦ ਕਰੀਏ, ਅਤੇ ਜਿਹੜਾ ਨੋਰਮਲ ਜਿਹੜਾ ਟੈਸਟੋਸਟੋਨ ਪ੍ਰੋਡਕਸ਼ਨ ਦੀ ਜਿਹੜੀ ਸਾਈਕਲ ਹੈ ਇਹਨੂੰ ਨੋਰਮਲ ਕਰਨ ਵਾਸਤੇ ਕਲੋਮਿਡ ਅਤੇ ਨੋਰਵਾਡੈਕਸ ਬਹੁਤ ਜ਼ਰੂਰੀ ਹੈ। ਇਹ ਤੁਸੀਂ ਇਕੱਲਾ ਐਸਸੀਜੀ ਚਲਾ ਕੇ, ਜੇਕਰ ਆਪਾਂ ਕਹਿੰਦੇ ਹਾਂ ਵੀ ਚਾਬੀ ਭਾਰਤੀ ਕਿਸੇ ਚੀਜ਼ 'ਚੋਂ ਭੱਜ ਜਾਂਦੀ ਹੈ, ਉਹ ਭੱਜਣ ਲੱਗ ਜਾਂਦੀ ਹੈ, ਉਹਨੂੰ ਕੰਟਰੋਲ ਕਰਨਾ, ਜੇਕਰ ਉਹਦੀ ਰੇਸ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਆਪਾਂ ਦੇਸੀ ਟਰਮ 'ਚ ਤੁਹਾਨੂੰ ਦੱਸੀਏ, ਉਹਦੇ ਪਿੱਛੇ ਆਪਾਂ ਨੂੰ ਨੋਰਵਾਡੈਕਸ ਅਤੇ ਕਲੋਮਿਡ ਚਲਾਉਣੀ ਜ਼ਰੂਰੀ ਹੁੰਦੀ ਹੈ। ਵੀ ਉਹ ਜਿਹੜੀ ਚੀਜ਼ ਨੂੰ ਇੱਕਦਮ ਇੰਨੇ ਚਿਰ ਤੋਂ ਤੁਸੀਂ ਕੰਟਰੋਲ 'ਚ ਕੀਤਾ, ਇੱਕਦਮ ਨਹੀਂ ਛੱਡਣਾ। ਬਿਲਕੁਲ ਸਹੀ ਐਗਜ਼ਾਮਪਲ। ਹਾਂਜੀ, ਇਸ ਕਰਕੇ ਉਹ ਚੀਜ਼ਾਂ ਨਾਲ ਨਾਲ ਲੈਣੀਆਂ ਬਹੁਤ ਜ਼ਰੂਰੀ ਹੈ ਕਿ ਚੀਜ਼ ਛੱਡਣੀ ਨਹੀਂ ਹੈ, ਉਹ ਚੀਜ਼ ਹੌਲੀ ਹੌਲੀ ਰਿਲੀਜ਼ ਹੋਵੇ ਕਿ ਸਾਨੂੰ ਉਹਦਾ ਨੁਕਸਾਨ ਨਾ ਪਹੁੰਚੇ। ਇਹੀ ਜੇ ਆਪਾਂ ਤੁਹਾਡੇ ਕੋਲ ਤਾਂ ਐਡੇ ਕੇਸ ਆਉਂਦੇ ਆ, ਤੁਸੀਂ ਮੈਨੂੰ ਦਿਖਾਉਂਦੇ ਹੋ ਜੀ, ਜੇ ਮੁੰਡੇ ਮੈਨੂੰ ਲੱਗਦਾ 80% ਮੁੰਡੇ ਪੀ ਸੀ ਟੀ ਨਹੀਂ ਕਰਦੇ, ਪੀ ਸੀ ਟੀ ਕਰਦੇ ਨਹੀਂ, ਅਤੇ ਫਿਰ ਉਹ ਕਹਿੰਦੇ ਆ ਵੀ ਹਾਂ ਉਹ ਜਿਹੜਾ ਐਂਗਰ ਹੈ ਜੀ ਉਹਨਾਂ ਦਾ, ਜਿਹੜਾ ਹੁਣ ਆਪਾਂ ਕਹਿੰਦੇ ਹਾਂ ਫਿਜ਼ੀਕਲੀ ਵਾਇਲੈਂਟ ਹੋ ਜਾਂਦੇ ਆ, ਉਹ ਘਰ ਤੱਕ ਜਾਂਦਾ ਜੀ ਉਹਨਾਂ ਦੇ। ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ ਸਾਨੂੰ ਗੁੱਸਾ ਕਿਉਂ ਆ ਰਿਹਾ, ਅਸੀਂ ਫਿਜ਼ੀਕਲੀ ਇੰਨੇ ਜ਼ਿਆਦਾ ਐਂਗਰੀ, ਮਤਲਬ ਕਿ ਵਾਇਲੈਂਟ ਹੀ ਇੰਨੇ ਜ਼ਿਆਦਾ ਕਿਉਂ ਹੋ ਗਿਆ। ਉਹ ਕਾਰਨ ਆਹੀ ਹੁੰਦਾ ਜੀ, ਤੁਹਾਡੇ ਹਾਰਮੋਨ ਫਲਕਚੁਏਟ ਹੋ ਜਾਂਦੇ ਆ, ਅਤੇ ਪੀ ਸੀ ਟੀ ਤੁਹਾਡੇ ਹਾਰਮੋਨ ਨੂੰ ਸੈਟਲ ਡਾਊਨ ਕਰ ਦਿੰਦੀ ਹੈ। ਇਹ ਬਹੁਤ ਜ਼ਰੂਰੀ ਹੈ, ਇਹ ਬਹੁਤ ਜ਼ਰੂਰੀ ਹੈ, ਅਤੇ ਤੁਸੀਂ ਆਪਣਾ ਮਸਲ ਮਾਸ ਵੀ ਲੂਜ਼ ਕਰ ਲੈਂਦੇ ਹੋ ਜੇ ਤੁਸੀਂ ਨਹੀਂ ਕਰਦੇ ਇੱਕਦਮ। ਅਤੇ ਇਸ ਕਰਕੇ ਗਾਇਸ, ਜਿਹੜੇ ਜਿਹੜੇ ਵੀ ਤੁਸੀਂ ਸਾਈਕਲ ਕਰਦੇ ਹੋ, ਬਹੁਤ ਵਧੀਆ ਕਰ ਰਹੇ ਹੋ, ਕੀਪ ਡੂਇੰਗ, ਧਿਆਨ ਨਾਲ ਕਰੋ, ਮੇਕ ਸ਼ੋਰ ਕਿ ਉਹਨੂੰ ਧਿਆਨ ਵਿੱਚ ਰੱਖੋ ਕਿ ਹਰ ਚੀਜ਼ ਦੀ ਨਾਲ ਦਵਾਈ ਹੈਗੀ ਆ, ਉਹਨੂੰ ਕੰਟਰੋਲ ਵਿੱਚ ਕੀਤਾ ਜਾ ਸਕਦਾ। ਇਹ ਅੱਜ ਦਾ ਸਾਡਾ ਐਪੀਸੋਡ ਸੀਗਾ ਜਿਹੜਾ ਕਿ ਆਪਾਂ ਪੀ ਸੀ ਟੀ ਕਵਰ ਕੀਤੀ ਹੈ, ਬਲੱਡ ਪ੍ਰੈਸ਼ਰ ਕਵਰ ਕੀਤਾ, ਹਾਰਟ ਇਨਕਰੀਜ਼, ਬਲੱਡ ਰੈਡਸ, ਰੈੱਡ ਸੈਲਸ, ਉਹ ਸਾਰੇ ਕਵਰ ਕੀਤੇ ਆ। ਅਗਲਾ ਟੋਪਿਕ ਫਿਰ ਕਿਸੇ ਚੀਜ਼ 'ਤੇ ਹੋਰ ਲੈ ਕੇ ਆਵਾਂਗੇ। ਪਲੀਜ਼ ਗਾਇਸ, ਮੈਨੂੰ ਪਤਾ 20-22 ਮਿੰਟ ਦੀ ਵੀਡੀਓ ਹੋ ਗਈ, ਚੰਗੀ ਲੱਗੀ, ਟਾਈਮ ਕੱਢ ਕੇ ਸੁਣਿਓ, ਸ਼ੇਅਰ ਜ਼ਰੂਰ ਕਰਿਓ।